ਜੇ ਕੋਈ ਬਾਹਰੋਂ ਟੈਸਟ ਹੋਣਾ ਤਾਂ ਉਹਦੀ ਇੱਕ ਪਰਚੀ ਮਿਲੇਗੀ ਪੇਸ਼ੈਂਟ ਨੂੰ, ਬਾਹਰੋਂ ਟੈਸਟ ਆਏਗਾ ਲੇਕਿਨ ਉਹਦਾ ਖਰਚਾ ਸਰਕਾਰ ਦੇਵੇਗੀ। ਨਵੀਂ ਜਿਹੜੀ ਸਰਕਾਰ ਹੈ, ਨਵੀਂ ਸੋਚ ਦੀ ਸਰਕਾਰ ਹੈ, ਔਰ ਉਹਦੇ ਵਿੱਚ ਜਿਹੜੀਆਂ ਦਵਾਈਆਂ ਹੈਗੀਆਂ ਮਰੀਜ਼ਾਂ ਨੂੰ ਫ੍ਰੀ ਮਿਲਣੀਆਂ ਹੈਗੀਆਂ, ਉਹਦੇ ਦੇਣੀਆਂ ਹੈਗੀਆਂ ਸਾਰੀਆਂ। ਪੇਸ਼ੈਂਟ ਸੈਟਿਸਫੈਕਸ਼ਨ ਜਿਹੜੀ ਹੈਗੀ ਆ ਉਹ ਤਕਰੀਬਨ 99% ਜਾਂ 100% ਪੇਸ਼ੈਂਟ ਸੈਟਿਸਫੈਕਸ਼ਨ ਹੈ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਦੇ ਸਿਹਤ ਮੰਤਰੀ ਅੱਜ ਵਿਸ਼ੇਸ਼ ਤੌਰ 'ਤੇ ਗੁਪਤ ਜਿਹੜੀ ਚੈਕਿੰਗ ਆ ਉਹ ਰਜਿੰਦਰਾ ਹਸਪਤਾਲ ਵਿਖੇ ਕਰਨ ਪਹੁੰਚੇ ਨੇ, ਸੋ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਮੰਤਰੀ ਸਾਹਿਬ ਅੱਜ ਪਹੁੰਚੇ ਹੋ, ਕੀ ਲੱਗਿਆ, ਕਿੱਦਾਂ ਦੇ ਹਾਲਾਤ ਨੇ, ਕਿਉਂਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਿਹਾ ਕਿ ਸਿਹਤ ਪ੍ਰਤੀ ਖਾਸ ਤੌਰ 'ਤੇ ਕਿਹਾ ਵੀ ਲੋਕਾਂ ਨੂੰ ਜਿਹੜਾ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ, ਅੱਜ ਕੀ ਚੀਜ਼ ਦੇਖਿਆ? ਦੇਖੋ ਉਹਦੇ 'ਚ ਜਿਹੜਾ ਅੱਜ ਦਾ ਜਿਹੜਾ ਮੇਰਾ ਮੇਨ ਮਕਸਦ ਹੈ ਧਿਆਨ ਦਾ ਉਹ ਹੈਗਾ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 26 ਜਨਵਰੀ ਤੋਂ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਮਰੀਜ਼ ਨੂੰ ਅੰਦਰੋਂ ਦੇਣੀਆਂ, ਟੈਸਟ ਵੀ ਅੰਦਰੋਂ ਆਉਣਾ। ਜੇ ਕੋਈ ਬਾਹਰੋਂ ਟੈਸਟ ਹੋਣਾ ਤਾਂ ਉਹਦੀ ਇੱਕ ਪਰਚੀ ਮਿਲੇਗੀ ਪੇਸ਼ੈਂਟ ਨੂੰ, ਬਾਹਰੋਂ ਟੈਸਟ ਆਏਗਾ ਲੇਕਿਨ ਉਹਦਾ ਖਰਚਾ ਸਰਕਾਰ ਦੇਵੇਗੀ। ਉਹ ਜਿਹੜੀ ਸਕੀਮ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਉਹ ਤਕਰੀਬਨ 90-95% ਬਹੁਤ ਵਧੀਆ ਚੱਲ ਰਹੀ ਹੈ। ਕਿਤੇ 2-4-5% ਕਮੀਆਂ ਪੇਸ਼ ਹੈਗੀਆਂ, ਕੋਈ ਦਿੱਕਤ ਹੈਗੀ ਆ, ਉਹ ਸੋਰਟ ਆਊਟ ਕਰਨ ਵਾਸਤੇ ਮੈਂ ਜਿਹੜਾ ਰਜਿੰਦਰਾ ਹਸਪਤਾਲ ਦਾ ਦੌਰਾ ਕਰ ਰਿਹਾ ਹੈਗਾ। ਇਹ ਸਾਰਾ ਮੈਂ ਸਾਰੇ ਸਟਾਫ ਦੇ ਨਾਲ ਰਿਵਿਊ ਕਰਾਂਗਾ। ਉਹਦੇ 'ਚ ਅਸੀਂ ਜਿਹੜੀਆਂ ਤਾਂ ਸਾਡੇ ਕੋਲ ਅਸੈਂਸ਼ੀਅਲ ਡਰੱਗ ਲਿਸਟ ਆ, ਦਵਾਈਆਂ ਸਾਰੀਆਂ ਦੇ ਦਿੱਤੀਆਂ ਉਹਨਾਂ ਨੂੰ, ਠੀਕ ਹੈ। 200 ਦੇ ਕਰੀਬ ਹੈ, ਕੁਛ ਆ ਗਈਆਂ, ਕੁਛ ਰਸਤੇ ਵਿੱਚ ਆ, ਕੁਛ ਆ ਜਾਣਗੀਆਂ, ਕੁਛ ਕਰੀਬ, ਮਤਲਬ ਅਸੀਂ ਖਰੀਦ ਚੁੱਕੇ ਹਾਂ। ਸਾਡੇ ਕੋਲ ਵੇਅਰ ਹਾਊਸਿਸ ਵਿੱਚ ਆ ਗਈਆਂ, ਵੇਅਰ ਹਾਊਸਿਸ ਤੋਂ ਇੰਸਟੀਟਿਊਸ਼ਨ ਪਹੁੰਚਦੇ ਕਈ ਵਾਰੀ 2-4 ਦਿਨ ਲੱਗ ਜਾਂਦੇ ਆ, 2-4 ਦਿਨ ਦਾ ਅੱਗੇ ਪਿੱਛੇ ਹੋ ਜਾਂਦਾ। ਉਹ ਜਿਹੜਾ ਇੱਕ ਪ੍ਰੋਸੀਜਰ ਡਿਲੇ ਤੁਸੀਂ ਕਈ ਜਗ੍ਹਾ 'ਤੇ ਹੈਗਾ, ਉਹ ਨਾ ਹੋਵੇ, ਉਹਨੂੰ ਕੱਟ ਸ਼ਾਰਟ ਕੀਤਾ ਜਾਵੇ। ਪਲੱਸ ਇਸ ਤੋਂ ਸਿਵਾਏ ਜਿਹੜੇ ਪੇਸ਼ੈਂਟ ਇੱਥੇ ਸ਼ਿਫਟਿੰਗ ਹੋਣੇ ਆ ਉਹਦੇ ਵਾਸਤੇ ਉਹਨੂੰ ਇੱਕ ਗੋਲਫ ਕਾਰਡ ਦਿੱਤੀ ਗਈ ਹੈ, ਤਾਂ ਕਿ ਪੇਸ਼ੈਂਟ ਨੂੰ ਜਿਹੜਾ ਹੈਗਾ ਮੈਨੂਅਲ ਸਟ੍ਰੈਚਰ ਦੇ ਉੱਤੇ, ਇੱਕ ਵਾਰੀ ਪੇਸ਼ੈਂਟ ਪੇਨ 'ਚ ਹੁੰਦਾ, ਉਹਦੇ ਕੋਈ ਪੇਟ ਦਾ ਕੋਈ ਟਾਂਕੇ ਲੱਗੇ ਹੋਏ ਆ, ਦੂਜਾ ਪੇਸ਼ੈਂਟ ਨੂੰ ਕੋਈ ਦਿੱਕਤ ਨਾ ਆਵੇ, ਵੀ ਗੋਲਫ ਕਾਰਡ ਦੇ ਵਿੱਚ ਜਿਹੜਾ ਬੰਦਾ ਹੈਗਾ 1-2 ਮਿੰਟ ਵਿੱਚ ਪਹੁੰਚ ਜਾਏ, ਜੇ ਉਹਨੇ ਸੀਟੀ ਸਕੈਨ ਕਰਾਉਣ ਜਾਣਾ। ਉਹ ਬਿਲਡਿੰਗ ਦੀ ਜਿਹੜੀ ਡਿਸਟੈਂਸ ਹੈਗੀ ਉਹ 500 ਮੀਟਰ ਹੈਗੀ ਆ, ਅਤੇ ਉਹ ਸਟ੍ਰੈਚਰ 'ਤੇ ਜਾਣ ਦੀ ਬਜਾਏ ਉਹਦੇ ਵਾਸਤੇ ਗੋਲਫ ਕਾਰਡ ਜਿਹੜੀ ਹੈਗੀ ਆ ਮੋਟਰਾਈਜ਼ਡ ਹੈ, ਔਰ ਉਹਦੇ ਸ਼ੌਕਰ ਲੱਗੇ ਹੋਏ ਆ, ਪੇਸ਼ੈਂਟ ਨੂੰ ਤਕਲੀਫ ਨਹੀਂ ਹੋਏਗੀ। ਸੋ ਇਹ ਜਿਹੜੀਆਂ ਸਾਰੀਆਂ ਸੁਵਿਧਾਵਾਂ ਦਾ ਮੈਂ ਕੰਪਨੀਆਂ ਨਾਲ ਰਿਵਿਊ ਕਰ ਰਿਹਾ, ਅਜੇ ਉਹ ਜਿਹੜੀ ਇਹਨਾਂ ਦੀ ਗੋਲਫ ਕਾਰਟ ਹੈ ਉਹ ਨਹੀਂ ਵਰਕਿੰਗ ਸੀ, ਉਹਦਾ ਮੈਂ ਕਹਿ ਦਿੱਤਾ ਵਾ ਗਿਵਨ ਵੈਰੀ ਸਟ੍ਰਿਕਟ ਇੰਸਟਰਕਸ਼ਨਸ ਕਿ ਇਮੀਡੀਏਟਲੀ ਚੱਲਦੀ ਹੋਈ। ਸਰ, ਦਵਾਈਆਂ ਦੀ ਗੱਲ ਕੀਤੀ ਜਾਵੇ, ਕਿਉਂਕਿ ਪਿੱਛੇ ਕਈ ਚੈਨਲ ਨੇ ਕਵਰ ਵੀ ਕੀਤਾ ਕਿ ਇੱਥੇ ਜਿਹੜੀਆਂ ਦਵਾਈਆਂ ਨੇ ਜ਼ਿਆਦਾਤਰ ਡਾਕਟਰਾਂ ਵੱਲੋਂ ਬਾਹਰ ਲਿਖੇ ਜਾਂਦੇ ਨੇ, ਉਹ ਸਾਹਮਣੇ ਕਮਿਸ਼ਟ ਹੈ ਜਿਹੜੀ ਕਮਿਸ਼ਨ ਬਣੀ ਗਈ ਹੈ, ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ, ਗੁਪਤ ਤੁਸੀਂ ਚੈਕਿੰਗ ਵੀ ਕਰ ਸਕਦੇ ਹੋ, ਉਹਨਾਂ ਉੱਤੇ ਕੋਈ ਐਕਸ਼ਨ ਹੋਊਗਾ? ਡਾਕਟਰ ਸਾਹਿਬਾਂ ਜਿਹੜੇ ਬਾਹਰ ਲਿਖਦੇ ਨੇ ਜਿਹੜੀ ਕਮਿਸ਼ਨ ਬਣੀ ਗਈ ਹੈ ਉਹ ਜਦੋਂ ਅਸੀਂ ਸਾਰੀਆਂ ਦਵਾਈਆਂ ਦੇਤੀਆਂ ਜੀ, ਔਰ ਉਸ ਤੋਂ ਸਿਵਾਏ ਅਸੀਂ ਇਹਨਾਂ ਨੂੰ ਫਾਈਨੈਂਸ਼ੀਅਲ ਪਾਵਰਸ ਦਿੱਤੀਆਂ 20 ਲੱਖ ਰੁਪਏ ਦੀਆਂ, ਜਿਹੜਾ ਡਾਇਰੈਕਟਰ ਪ੍ਰਿੰਸੀਪਲ ਉਹਦੇ ਮੈਡੀਕਲ ਸੁਪਰਡੈਂਟ ਨੂੰ, ਕਿ ਜਿਹੜੀ ਦਵਾਈ ਨਹੀਂ ਹੈ ਤੁਸੀਂ ਖਰੀਦ ਲਓ, ਸਟਾਫ ਖਰੀਦੇਗਾ, ਉਹਦਾ ਵੀ ਇੱਕ ਟਰਾਂਸਪੇਰੈਂਟ ਮੈਕਨਿਜ਼ਮ ਹੈ, ਮਲਟੀ ਮੈਂਬਰ ਕਮੇਟੀ ਹੈ, ਉਹ ਕਮੇਟੀ ਖਰੀਦੇਗੀ, ਜਿਹੜੀ ਖਰੀਦੇਗੀ ਪੇਸ਼ੈਂਟ ਦੇ ਅਟੈਂਡੈਂਟ ਨਹੀਂ ਖਰੀਦਣਗੇ। ਜਦੋਂ ਇਹ ਸਿਸਟਮ ਲਾਗੂ ਹੋ ਗਿਆ, ਪਹਿਲਾਂ ਜੋ ਤੁਸੀਂ ਕਹਿੰਦੇ ਆ ਪਹਿਲਾਂ ਜ਼ਰੂਰ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਇੱਦਾਂ ਹੁੰਦਾ ਸੀਗਾ, ਉਹ ਨਵੀਂ ਜਿਹੜੀ ਸਰਕਾਰ ਹੈ, ਨਵੀਂ ਸੋਚ ਦੀ ਸਰਕਾਰ ਹੈ, ਔਰ ਉਹਦੇ ਵਿੱਚ ਜਿਹੜੀਆਂ ਦਵਾਈਆਂ ਹੈਗੀਆਂ ਮਰੀਜ਼ਾਂ ਨੂੰ ਫ੍ਰੀ ਮਿਲਣੀਆਂ ਹੈਗੀਆਂ, ਉਹਦੇ ਦੇਣੀਆਂ ਹੈਗੀਆਂ ਸਾਰੀਆਂ, ਇਹਨੂੰ ਇੰਪਲੀਮੈਂਟ ਕਰਾਂਗਾ। ਜੇ ਉਹਦੇ 'ਚ ਕਿਤੇ ਕੁਤਾਹੀ ਹੋਏਗੀ ਬਿਲਕੁਲ ਐਕਸ਼ਨ ਹੋਏਗਾ, ਬਹੁਤ ਸਟ੍ਰਿਕਟ ਐਕਸ਼ਨ ਹੋਏਗਾ, ਜਿਸਨੂੰ ਮਤਲਬ ਤੁਸੀਂ ਸੋਚ ਨਹੀਂ ਸਕਦੇ ਇੰਨਾ ਸਟ੍ਰਿਕਟ ਐਕਸ਼ਨ ਹੋਏਗਾ। ਪੰਜਾਬ ਦੇ ਹੋਰ ਹਸਪਤਾਲਾਂ ਦਾ ਵੀ ਦੌਰਾ ਕੀਤਾ, ਕਿੱਥੇ ਲੱਗਦਾ ਕੀ ਕਰਨੀਆਂ ਨੇ ਜਿਹੜੀਆਂ ਤੁਸੀਂ ਪੂਰੀਆਂ ਕਰ ਰਹੇ ਹੋ? ਅਤੇ ਹੁਣ ਜਿਸ ਤਰ੍ਹਾਂ ਬੀਤੇ ਦਿਨ ਆਪਾਂ ਗੱਲ ਕੀਤੀ ਜਾਵੇ ਮਾਤਾ ਕਸ਼ਾਲਿਆ ਹਸਪਤਾਲ ਵੀ ਤੁਸੀਂ ਗਏ ਸੀ, ਉੱਥੇ ਵੀ ਕੀ ਲੱਗਦਾ ਕੋਈ ਕਮੀ ਹੈਗੀ ਸੀ ਜਿਹੜੀ ਦੂਰ ਕੀਤੀ ਗਈ? ਮਾਤਾ ਕਸ਼ਾਲਿਆ ਹਸਪਤਾਲ ਦੇ ਵਿੱਚ ਬਹੁਤ ਅੱਛਾ ਹੈਗਾ ਜੀ, ਉਹਨਾਂ ਦੀ ਓਪੀਡੀ ਬਹੁਤ ਵਧੀਆ, ਔਰ ਪੇਸ਼ੈਂਟਸ ਜਿੰਨੇ ਮੈਂ ਮਿਲਿਆ ਪੇਸ਼ੈਂਟਸ ਬਹੁਤ ਖੁਸ਼ ਸੀਗੇ। ਪੇਸ਼ੈਂਟ ਸੈਟਿਸਫੈਕਸ਼ਨ ਜਿਹੜੀ ਹੈਗੀ ਆ ਉਹ ਤਕਰੀਬਨ 99% ਜਾਂ 100% ਪੇਸ਼ੈਂਟ ਸੈਟਿਸਫੈਕਸ਼ਨ ਹੈ। ਇਸੇ ਤਰ੍ਹਾਂ ਬਾਕੀਆਂ ਦੇ ਵਿੱਚ ਵੀ ਕਈ ਜਗ੍ਹਾ 'ਤੇ ਮੈਂ ਦੱਸਿਆ ਵੀ ਪ੍ਰੋਸੀਜਰ ਡਿਲੇ ਹੈਗੇ ਆ, ਕਿ ਦਵਾਈ ਵੇਅਰ ਹਾਊਸ ਤਾਂ ਪਈ ਆ, ਜਾਂ ਤਾਂ ਹਸਪਤਾਲ ਨਹੀਂ ਪਹੁੰਚੀ, ਹਸਪਤਾਲ ਪਹੁੰਚ ਗਈ ਆ, ਅੱਗੇ ਡਿਪਾਰਟਮੈਂਟ 'ਚ ਨਹੀਂ ਪਹੁੰਚੀ, ਮਰੀਜ਼ਾਂ ਨੂੰ ਨਹੀਂ ਮਿਲ ਰਹੀ, ਉਹ ਜਿਹੜੇ ਪ੍ਰੋਸੀਜਰ ਡਿਲੇ ਆ ਉਹਨਾਂ ਨੂੰ ਅਸੀਂ ਸੋਰਟ ਆਊਟ ਕਰ ਰਹੇ ਹਾਂ। ਸਰ, ਪੰਜਾਬ ਦਾ ਕੋਈ ਇੱਦਾਂ ਹਸਪਤਾਲ ਹੈਗਾ ਜਿਹੜਾ ਵਧੀਆ ਕਾਰਜ ਜਾਰੀ ਕਰ ਜਾ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਡਾਕਟਰ ਸਾਹਿਬਾਂ ਨੂੰ ਸਨਮਾਨ ਕੀਤਾ ਜਾਊਗਾ, ਜਿਹੜੇ ਵਧੀਆ ਲੈਵਲ 'ਤੇ ਚੰਗਾ ਕਾਰਜ ਕੰਮ ਕਰ ਰਹੇ ਨੇ? ਬਿਲਕੁਲ ਕੀਤਾ ਜਾਊਗਾ। ਤੁਸੀਂ ਮਾਤਾ ਕਸ਼ਾਲਿਆ ਦਾ ਹਸਪਤਾਲ ਦਾ ਨਾਮ ਲਿਆ, ਵਨ ਆਫ ਦਾ ਬੈਸਟ ਜਿਹੜਾ ਆਪਣਾ ਡਿਸਟ੍ਰਿਕਟ ਹੋਸਪਿਟਲ ਹੈ। ਇਸੇ ਤਰ੍ਹਾਂ ਜਿਹੜਾ ਰਜਿੰਦਰਾ ਹੋਸਪਿਟਲ ਨੂੰ ਆਪਾਂ ਬੈਸਟ ਜਿਹੜਾ ਹੈਗਾ ਉਹ ਮੈਡੀਕਲ ਕਾਲਜ ਬਣਾਵਾਂਗੇ। ਇੱਥੇ ਬਹੁਤ ਸਾਰੀਆਂ ਸਰਵਿਸਿਜ਼ ਜਿਹੜੀਆਂ, ਨਿਊਰੋ ਸਰਜਰੀ ਸ਼ੁਰੂ ਹੋਈ ਹੈ ਇੱਥੇ, ਜਿਹੜੀ ਕਾਰਡੀਅਕ ਕੈਥ ਲੈਬ ਜਿਹਨੂੰ ਅਸੀਂ ਕਹਿੰਦੇ ਹਾਂ, ਹਾਰਟ ਦੀ ਜਿਹੜੀ ਹੈਗੀ ਹੈ ਸਟੈਂਟ ਵਗੈਰਾ ਪੈਣੇ ਉਹ ਸ਼ੁਰੂ ਹੋ ਗਏ ਹੋਏ ਆ।
ਸਾਰੀਆਂ ਸੁਪਰ ਸਪੈਸ਼ਲਿਟੀ ਸ਼ੁਰੂ ਹੋਣਗੀਆਂ, ਸਾਰਾ ਇਲਾਜ ਜਿਹੜਾ ਪੇਸ਼ੈਂਟ ਦਾ ਹਸਪਤਾਲ 'ਚ ਹੋਏਗਾ ਔਰ ਮੁਫ਼ਤ ਹੋਏਗਾ। ਇਹ ਸਾਡੇ ਮਾਨ ਗੌਰਮੈਂਟ ਦੀ ਜਿਹੜੀ ਕਮਿਟਮੈਂਟ ਹੈ, ਮੇਰਾ ਕੰਮ ਹੈ ਵੀ ਮੈਂ ਉਹਦੇ 'ਤੇ ਪੈਰਾ ਦੇਵਾਂ ਔਰ ਮੈਂ ਦੇਖਾਂ। ਪੰਜਾਬ ਦੀ ਗੱਲ ਕੀਤੀ ਜਾਵੇ, ਸੁਖਬੀਰ ਬਾਦਲ ਜਿਹੜਾ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਹੇ ਨੇ, ਕਹਿੰਦੇ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਆ, ਪੰਜਾਬ ਬਚਾਓ ਯਾਤਰਾ ਦੇ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਸੀਂ। ਕੋਈ ਗੱਲ ਨਹੀਂ ਜੀ, ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈਗਾ, ਇਹਦੇ ਵਾਸਤੇ ਜਿਹੜਾ ਉਹਨਾਂ ਦੀ ਜਿਹੜੀ ਯਾਤਰਾ ਚੱਲਦੀ ਆ ਉਹਦੇ ਬਾਰੇ ਸਾਰਾ ਕੁਝ ਹੈਗਾ। ਉਹ ਉਹਨਾਂ ਦੇ ਆਪਣੇ ਲੀਡਰ ਹੀ, ਉਹਨਾਂ ਦੀ ਜਿਹੜੀ ਆਪਣੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ, ਜਿਹੜੇ ਸਾਬਕਾ, ਜਿਹੜੇ ਦੋ ਵਾਰੀ ਉਹਨਾਂ ਦੇ MP ਰਹੇ ਆ, ਉਹੀ ਕਹਿ ਰਹੇ ਆ ਵੀ ਇਹ ਸੁਖਬੀਰ ਬਚਾਓ ਯਾਤਰਾ, ਪੰਜਾਬ ਬਚਾਓ ਯਾਤਰਾ। ਬਿਲਕੁਲ, ਚੜ੍ਹਦੀ ਕਲਾ ਟਾਈਮ TV ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਬਿਜੀ ਵੱਲੋਂ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸਰਕਾਰੀ ਜਿੰਦਰਾ ਹਸਪਤਾਲ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਗਿਆ, ਅਤੇ ਨਾਲ ਹੀ ਜੋ ਮਰੀਜ਼ਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸੁਣੀਆਂ ਨੇ। ਤੁਹਾਨੂੰ ਦੱਸ ਦਈਏ ਉਹ ਸਰਕਾਰੀ ਹਸਪਤਾਲ ਹੈ ਜਿਹਦੇ ਵਿੱਚ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਨੇ ਪਹੁੰਚੇ ਨੇ, ਅਤੇ ਉਸ ਸਮੇਂ ਪਹੁੰਚੇ ਜਦੋਂ ਕਿ ਅਧਿਕਾਰੀ ਸਾਹਿਬਾਨਾਂ ਅਤੇ ਡਾਕਟਰ ਸਾਹਿਬਾਨਾਂ ਨੂੰ ਨਹੀਂ ਪਤਾ ਸੀ, ਤਾਂ ਜਿਸ ਤੋਂ ਬਾਅਦ ਉਹਨਾਂ ਨੇ ਮਰੀਜ਼ਾਂ ਦਾ ਜਿਹੜਾ ਹਾਲ ਚਾਲ ਜਾਣਿਆ ਅਤੇ ਨਾਲ ਹੀ ਮਰੀਜ਼ਾਂ 'ਤੇ ਜਿਹੜੀਆਂ ਨੇ ਉਹ ਸਮੱਸਿਆਵਾਂ ਸੁਣੀਆਂ, ਅਤੇ ਦੂਜੇ ਪਾਸੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਦੇਸ਼ ਜਾਰੀ ਕੀਤੇ ਨੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈ ਜਿਹੜੀ ਆ ਬਿਲਕੁਲ ਫ੍ਰੀ ਮਿਲੇਗੀ, ਕਿਸੇ ਵੀ ਮਰੀਜ਼ ਨੂੰ ਜਿਹੜਾ ਦਵਾਈ ਆ ਉਹ ਬਾਹਰੋਂ ਨਹੀਂ ਲੈ ਕੇ ਆਉਣੀ ਪਵੇਗੀ। ਸੋ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਦਵਾਈ ਜਿਹੜੇ ਬਾਹਰੋਂ ਲੈ ਕੇ ਆਉਣਗੇ, ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਦਿੱਕਤ ਆ, ਪਰੇਸ਼ਾਨੀ ਆਉਂਦੀ ਹੈ ਤਾਂ ਸਿੱਧਾ ਜਿਹੜੇ ਮੇਰੇ ਨਾਲ ਉਹ ਸੰਪਰਕ ਕਰ ਸਕਦੇ ਨੇ। ਅਤੇ ਦੂਜੇ ਪਾਸੇ ਉਹਨਾਂ ਨੇ ਵੀ ਗੱਲ ਕਹੀ ਹੈ, ਇਹ ਖਾਸ ਤੌਰ 'ਤੇ ਸਟ੍ਰਿਕ ਜਿਹੜੀ ਹੈ ਤਾਰਨਾ ਕੀਤੀ ਗਈ ਹੈ ਡਾਕਟਰ ਸਾਹਿਬਾਨਾਂ ਨੂੰ ਕਿ ਜੇਕਰ ਕੋਈ ਇੱਦਾਂ ਦੀ ਦਵਾਈ ਬਾਹਰੋਂ ਲਿਖਦਾ ਤਾਂ ਉਸਦੇ ਖਿਲਾਫ਼ ਜਿਹੜੀ ਆ ਉਹ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਤੋ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਿੱਤੇ ਨੇ, ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ 'ਤੇ ਵੀ ਡਾਕਟਰਾਂ ਦੀ ਜਿਹੜੀ ਗੱਲ ਕੀਤੀ ਹੋਈ ਹੈ ਭਰਤੀ ਕੀਤੀ ਜਾਵੇਗੀ, ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਦਵਾਈਆਂ ਜਿਹੜੀਆਂ ਨੇ ਉਹ ਹਸਪਤਾਲਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ, ਅਤੇ ਕਿਸੇ ਨੂੰ ਜਿਹੜਾ ਦਵਾਈ ਬਾਹਰੋਂ ਜਿਹੜੀ ਨਹੀਂ ਹੈ ਲੈ ਕੇ ਆਉਣ ਪਵੇਗੀ, ਕਿਉਂਕਿ ਕੁਝ ਸਮੇਂ ਦੇ ਵਿੱਚ ਜਿਹੜੀਆਂ ਦਵਾਈਆਂ ਨੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਜਾਣਗੀਆਂ, ਅਤੇ ਲੋਕਾਂ ਨੂੰ ਬਾਹਰੋਂ ਜਿਹੜੀ ਦਵਾਈ ਆ ਉਹ ਨਹੀਂ ਲਿਆਉਣੀ ਪਵੇਗੀ। ਅਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਪੰਜਾਬ ਬਚਾਓ ਯਾਤਰਾ ਜਿਹੜੀ ਨਿਕਾਲ ਰਹੇ ਹੈ, ਤਾਂ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਜਾਓ ਬਚਾਓ ਯਾਤਰਾ ਨਹੀਂ ਹੈ, ਕਿਉਂਕਿ ਉਹਨਾਂ ਨੇ ਲੰਬਾ ਸਮਾਂ ਪੰਜਾਬ ਉੱਤੇ ਹੈ, ਇਹ ਹੁਣ ਬਾਦਲ ਬਚਾਓ ਜਿਹੜੀ ਯਾਤਰਾ ਉਹ ਸ਼ੁਰੂ ਕਰ ਰਹੇ ਨੇ।